ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਪੱਬਾ ਰਾਲੀ ਵਿਖੇ ਅੱਜ ਕਰਵਾਏ ਗਏ ਇੱਕ ਸੰਖੇਪ ਪ੍ਰੋਗਰਾਮ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਆਏ ਐਨਆਰਆਈ ਕੁਲਦੀਪ ਸਿੰਘ ਉਰਾਇਆ ਮੁੱਖ ਮਹਿਮਾਨ ਤੌਰ ਤੇ ਪੁੱਜੇ। ਉਹਨਾਂ ਆਪਣੇ ਸਵਰਗੀ ਪਿਤਾ ਰਸ਼ਪਾਲ ਸਿੰਘ ਅਤੇ ਮਾਤਾ ਰਣਜੀਤ ਕੌਰ ਉਰਾਇਆ ਦੀ ਯਾਦ ਵਿੱਚ ਆਲੀਸ਼ਾਨ ਲਾਇਬ੍ਰੇਰੀ ਬਣਵਾਈ ਹੈ ਅਤੇ ਇਸ ਸਕੂਲ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੋਦ ਲੈਣ ਦਾ ਐਲਾਨ ਕੀਤਾ ਹੈ। ਸਤਿਗੁਰੂ ਨੇ ਆਪਣੀ ਇਹ ਸੋਚ ਜਿਹੜੀ ਆ ਬਖਸ਼ੀ ਆ ਤੇ ਉਹਨਾਂ ਨੇ ਉਪਰਾਲਾ ਕੀਤਾ ਵਾ ਕਿ ਸਕੂਲ ਦੇ ਲਈ ਕੁਝ ਕੰਮ ਜਿਹੜਾ ਵਾ ਕੀਤਾ ਜਾਵੇ, ਗਰੀਬ ਬੱਚਿਆਂ ਦੇ ਲਈ ਕੁਝ ਕੀਤਾ ਜਾਵੇ। ਤੇ ਮੈਂ ਨਾ ਬੜੀ ਇਹ ਸਤਿਗੁਰੂ ਦੀ ਬਖਸ਼ਿਸ਼ ਆ, ਸਤਿਗੁਰੂ ਦੀ ਰਹਿਮਤ ਆ ਕਿ ਜਿਨ੍ਹਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੋਈ ਅਤੇ ਉਹਨਾਂ ਦੇ ਹਿਰਦੇ ਦੇ ਅੰਦਰ ਇਹ ਸੋਚ ਭਰੀ ਕਿ ਆਪਣੇ ਨਗਰ ਦੇ ਵਿੱਚ ਸਕੂਲ ਆ, ਸਾਡੇ ਨਗਰ ਦੇ ਵਿੱਚ ਵੀ ਗਰੀਬ ਹੈਗੇ ਨੇ ਅਤੇ ਕਿਉਂ ਨਾ ਹੋਏ ਕਿਸੇ ਨਾ ਕਿਸੇ ਰਜੀਏ ਉਹਨਾਂ ਦੀ ਥੋੜ੍ਹੀ ਜੋ ਥੋੜ੍ਹੀ ਜਿਹੜੀ ਆ ਮਦਦ ਜਿਹੜੀ ਆ ਉਹਨਾਂ ਦੀ ਹੌਸਲਾ ਵਧਾਈ ਜਿਹੜੀ ਆ ਕੀਤੀ ਜਾਵੇ। ਅਤੇ ਬਹੁਤ ਭਾਗਾਂ ਵਾਲੀਆਂ ਮਾਵਾਂ ਨੇ, ਬਹੁਤ ਕਰਮਾਂ ਵਾਲੀਆਂ ਮਾਵਾਂ ਨੇ ਜਿਨ੍ਹਾਂ ਦੇ ਧੀਆਂ ਪੁੱਤਰ ਗਾਂ ਇੱਦਾਂ ਵੱਧ ਕੇ ਅਤੇ ਜਦੋਂ ਸੇਵਾ ਕਰਦੇ ਨੇ ਅਤੇ ਸਤਿਗੁਰੂ ਦੀ ਰਹਿਮਤ ਜਿਹੜੀ ਆ ਉਹਨਾਂ 'ਤੇ ਹੋਰ ਵੀ ਜਿਹੜੀ ਆ ਬਖਸ਼ਿਸ਼ ਜਿਹੜੀ ਆ ਉਹ ਹੋ ਜਾਂਦੀ ਆ। ਅੱਛਾ, ਆ ਕੇ ਇਹ ਕੰਮ ਕਰ ਸਕਿਆ, ਸ਼ੁਰੂਆਤ ਕੀਤੀ ਆ, ਬੜੀ ਚੰਗੀ ਗੱਲ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੀ ਇਹਨਾਂ ਦੇ ਨਾਲ ਜਿੱਦਾਂ ਵੀ ਜਿਹੜੀ ਆ ਜੋ ਵੀ ਲੋੜਵੰਦ ਹੋਏਗੀ ਉਹਦੇ ਵਿੱਚ ਅਸੀਂ ਪੂਰਾ ਸਹਿਯੋਗ ਕਰਾਂਗੇ। ਅਤੇ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਚਰਨਜੀਤ ਸਿੰਘ ਹੋਣਾ ਦਾ, ਇਹਨਾਂ ਨੇ ਸਾਰੀ ਮਿਹਨਤ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਤਿਆਰ ਕਰਵਾ ਲਿਆ। ਆਉਣ ਵਾਲੇ ਸਮੇਂ 'ਚ ਵੀ ਜੋ ਵੀ ਹੋਇਆ ਸਾਡੇ ਕੋਲ ਸਰਦਾ ਬਣਦਾ ਹੋਏਗਾ ਉਹ ਅਸੀਂ ਤੁਹਾਡੇ ਨਾਲ ਬਿਲਕੁਲ ਖੜ੍ਹੇ ਹਾਂ। ਔਰ ਇਸੇ ਸ਼ੁਰੂਆਤ ਨੂੰ ਮੇਰਾ ਖਿਆਲ ਆ ਬਾਕੀ ਵੀ ਵੇਖ ਕੇ ਅੱਗੇ ਵੀ ਕੰਮ ਜਿਹੜਾ ਚੱਲਦਾ ਰਹੂਗਾ। ਬਹੁਤ ਬਹੁਤ ਧੰਨਵਾਦ ਨੇ ਸਾਨੂੰ ਮਤਲਬ ਇੱਥੇ ਸੱਦਿਆ, ਮਤਲਬ ਸਲਾਹ ਦਿੱਤੀ ਭਾਅ ਜੀ ਚਰਨਜੀਤ ਨੇ ਕਿ ਇਸ ਤਰ੍ਹਾਂ ਮਤਲਬ ਹੋ ਸਕਦਾ। ਚਲੋ ਸਾਡੇ ਮਨ 'ਚ ਵੀ ਹੈਗਾ ਸੀ ਬੜੀ ਦੇਰ ਦਾ ਕਿ ਪੇਰੈਂਟਸ ਨੇ ਸਾਡੇ ਲਈ ਬਹੁਤ ਕੁਛ ਕੀਤਾ, ਅਸੀਂ ਵੀ ਉਹਨਾਂ ਲਈ ਕੁਛ ਕਰੀਏ, ਕਿਉਂਕਿ ਉਹ ਹਮੇਸ਼ਾ ਹੀ ਚਾਹੁੰਦੇ ਸੀ ਕਿ ਬੱਚੇ ਐਜੂਕੇਟ ਹੋਣ। ਮਤਲਬ ਉਹਨਾਂ ਨੇ ਸਾਨੂੰ ਤਾਂ ਐਜੂਕੇਟ ਕੀਤਾ, ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਵੀ ਲਿਆ ਕੇ ਨਾਲ ਕੀਤਾ। ਮਤਲਬ ਇਸ ਪਾਸੇ ਅਸੀਂ ਚਾਹੁੰਦੇ ਸੀ ਕਿ ਕੁਛ ਨਾ ਕੁਛ ਜਿਹੜੇ ਬੱਚੇ ਨਹੀਂ ਕਰ ਸਕਦੇ, ਜਿਨ੍ਹਾਂ ਦੇ ਪੇਰੈਂਟਸ ਅਫੋਰਡ ਨਹੀਂ ਕਰ ਸਕਦੇ ਇਸ ਤਰ੍ਹਾਂ, ਕਿ ਉਹਨਾਂ ਨੂੰ ਇੱਕ ਵਧੀਆ ਲਾਇਬ੍ਰੇਰੀ ਦਿੱਤੀ ਜਾਏ, ਬੱਚੇ ਪੜ੍ਹਨ, ਉਹਨਾਂ ਨੂੰ ਯੂਨੀਫਾਰਮਸ ਵਗੈਰਾ ਦਿੱਤੀਆਂ ਜਾਣ, ਉਹਨਾਂ ਦੀਆਂ ਫੀਸਾਂ ਦਿੱਤੀਆਂ ਜਾਣ। ਇੰਨਾ ਕਹਿੰਦੀ ਹੋਈ ਇੱਥੇ ਹੀ ਸੰਕੋਚਦੀ ਹਾਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।